ਕੀ ਕਹੋਗੇ ਫਸਟ ਵੋਟ ਸੀ ਕੋਸਟ ਕੀਤੀ ਹੈਗੀ, ਗਰਮੀ ਵੀ ਕਾਫੀ ਜ਼ਿਆਦਾ ਹੈਗੀ। ਫਸਟ ਵੋਟ ਇਸ ਕੋਲ ਕੀਤੀ ਹੈ ਵੀ ਠੰਡੇ ਠੰਡੇ ਆਪਦੀ ਵੋਟ ਪਾਈ ਹੈ, ਪਹਿਲੀ ਵੋਟ ਪਾਈ ਹੈ, ਔਰ ਜਿਹੜਾ 7 ਸਾਲਾਂ ਤੋਂ ਵਿਕਾਸ ਰੁਕਿਆ ਪੰਜਾਬ ਦਾ, ਉਸ ਨੂੰ ਅੱਗੇ ਵਧਾਉਣ ਵਾਸਤੇ, ਉਸ ਨੂੰ ਅੱਗੇ ਲਿਜਾਣ ਵਾਸਤੇ ਪਹਿਲਾ ਫਸਟ ਵੋਟਰ ਮੈਂ ਬਣਿਆ ਇਸ ਬੂਥ ਦਾ। ਮੈਂ ਇਹ ਚਾਹੁੰਦਾ ਵੀ ਆਮ ਜਿਹੜੇ ਲੋਕ ਸਾਰੇ ਆ ਵੋਟਰਾਂ 'ਚ ਨੇ, ਉਹ ਨਿਕਲ, ਗਰਮੀ ਸਰਦੀ 'ਚ ਆਪਾਂ ਕੰਮ ਵੀ ਕਰਦੇ ਹਾਂ ਨਾ, ਜਦੋਂ ਕੰਮ ਕਰਦੇ ਉਦੋਂ ਵੀ ਤਾਂ ਗਰਮੀ ਹੁੰਦੀ ਹੈ ਨਾ, ਗਰਮੀ ਸਰਦੀ ਵਿੱਚ ਇੱਕ ਜ਼ਿੰਦਗੀ ਦਾ ਉਹ ਮਤਲਬ ਇੱਕ ਨਿੱਜੀ ਹਿੱਸਾ ਵੀ ਵੋਟ ਪਾ ਜੀ। ਗਰਮੀ ਕਿੰਨੀ ਭਾਰੀ ਪਊਗੀ ਇਸ ਵਾਰ ਦੀ ਵੋਟ ਪੋਲਿੰਗ ਦੇ ਉੱਪਰ, ਕਹਿ ਰਹੇ ਕਿ ਪੋਲਿੰਗ ਬੜੀ ਘੱਟ ਹੋਊਗੀ, ਅਪੀਲ ਕੀ ਕਰ ਰਹੇ ਹੋ? ਨਹੀਂ ਜੀ, ਮੈਂ ਅਪੀਲ ਕਰਦਾ ਵੋਟ ਪਾਉਣ ਨਿਕਲੋ ਜੀ, ਆਪਦਾ ਜਿਹੜਾ ਹੱਕ ਆ ਤੁਹਾਡਾ ਉਹਦਾ ਇਸਤੇਮਾਲ ਜ਼ਰੂਰ ਕਰੋ, ਵੋਟ ਪਾਓ, ਵੋਟ ਪਾਓ, ਆਪਦਾ ਜਿਹੜਾ ਹੱਕ, ਜਮਹੂਰੀ ਹੱਕ ਆ, ਸਰਕਾਰ ਚੁਣਨ ਦਾ ਹੱਕ ਆ, ਕੈਂਡੀਡੇਟ ਚੁਣਨ ਦਾ ਹੱਕ ਆ ਸਾਨੂੰ, ਜਿਹੜੇ ਕੋਈ ਵਿਕਾਸ ਰੁਕੇ ਆ ਉਹ ਅੱਗੇ ਲਿਆਉਣ ਦਾ ਹੱਕ ਆ ਤੁਹਾਨੂੰ, ਜ਼ਰੂਰ ਆਓ ਵੋਟ ਪਾਉਣ। ਮੈਂ ਬੇਨਤੀ ਕਰਦਾ ਸਾਰੇ ਪੰਜਾਬ ਦੇ ਲੋਕਾਂ ਨੂੰ ਵੀ ਵੋਟ ਪਾਉਣ ਜ਼ਰੂਰ ਆਓ ਜੀ, ਗਰਮੀ ਨਾ ਵੇਖੋ, ਗਰਮੀ ਸਰਦੀਆਂ ਤਾਂ ਆਉਂਦੀਆਂ ਰਹਿੰਦੀਆਂ, ਜੇ ਸਰਦੀ ਹੋਵੇ ਫਿਰ ਕਿਹੜਾ ਵੋਟ ਪਾਉਣ ਨਿਕਲ। ਕੀ ਕਹੋਗੇ ਫਸਟ ਵੋਟ ਸੀ ਕੋਸਟ ਕੀਤੀ ਹੈਗੀ, ਗਰਮੀ ਵੀ ਕਾਫੀ ਜ਼ਿਆਦਾ ਹੈਗੀ? ਫਸਟ ਵੋਟ ਇਸ ਕੋਲ ਕੀਤੀ ਹੈ ਵੀ ਠੰਡੇ ਠੰਡੇ ਆਪਦੀ ਵੋਟ ਪਾਈ ਹੈ, ਪਹਿਲੀ ਵੋਟ ਪਾਈ ਹੈ, ਔਰ ਜਿਹੜਾ 7 ਸਾਲਾਂ ਤੋਂ ਵਿਕਾਸ ਰੁਕਿਆ ਪੰਜਾਬ ਦਾ, ਉਸ ਨੂੰ ਅੱਗੇ ਵਧਾਉਣ ਵਾਸਤੇ, ਉਸ ਨੂੰ ਅੱਗੇ ਲਿਜਾਣ ਵਾਸਤੇ ਪਹਿਲਾ ਫਸਟ ਵੋਟਰ ਮੈਂ ਬਣਿਆ ਇਸ ਬੂਥ ਦਾ। ਮੈਂ ਇਹ ਚਾਹੁੰਦਾ ਵੀ ਆਮ ਜਿਹੜੇ ਲੋਕ ਸਾਰੇ ਆ ਵੋਟਰਾਂ 'ਚ ਨੇ, ਉਹ ਨਿਕਲ, ਗਰਮੀ ਸਰਦੀ 'ਚ ਆਪਾਂ ਕੰਮ ਵੀ ਕਰਦੇ ਹਾਂ ਨਾ, ਜਦੋਂ ਕੰਮ ਕਰਦੇ ਉਦੋਂ ਵੀ ਤਾਂ ਗਰਮੀ ਹੁੰਦੀ ਹੈ ਨਾ, ਗਰਮੀ ਸਰਦੀ ਵਿੱਚ ਇੱਕ ਜ਼ਿੰਦਗੀ ਦਾ ਉਹ ਮਤਲਬ ਇੱਕ ਨਿੱਜੀ ਹਿੱਸਾ ਵੀ ਵੋਟ ਪਾ ਜੀ। ਗਰਮੀ ਕਿੰਨੀ ਭਾਰੀ ਪਊਗੀ ਇਸ ਵਾਰ ਦੀ ਵੋਟ ਪੋਲਿੰਗ ਦੇ ਉੱਪਰ, ਕਹਿ ਰਹੇ ਕਿ ਪੋਲਿੰਗ ਬੜੀ ਘੱਟ ਹੋਊਗੀ, ਅਪੀਲ ਕੀ ਕਰ ਰਹੇ ਹੋ? ਨਹੀਂ ਜੀ, ਮੈਂ ਅਪੀਲ ਕਰਦਾ ਵੋਟ ਪਾਉਣ ਨਿਕਲੋ ਜੀ, ਆਪਦਾ ਜਿਹੜਾ ਹੱਕ ਆ ਤੁਹਾਡਾ ਉਹਦਾ ਇਸਤੇਮਾਲ ਜ਼ਰੂਰ ਕਰੋ, ਵੋਟ ਪਾਓ, ਵੋਟ ਪਾਓ, ਆਪਦਾ ਜਿਹੜਾ ਹੱਕ, ਜਮਹੂਰੀ ਹੱਕ ਆ, ਸਰਕਾਰ ਚੁਣਨ ਦਾ ਹੱਕ ਆ, ਕੈਂਡੀਡੇਟ ਚੁਣਨ ਦਾ ਹੱਕ ਆ ਸਾਨੂੰ, ਜਿਹੜੇ ਕੋਈ ਵਿਕਾਸ ਰੁਕੇ ਉਹ ਅੱਗੇ ਲਿਆਉਣ ਦਾ ਹੱਕ ਆ ਤੁਹਾਨੂੰ, ਜ਼ਰੂਰ ਆਓ ਵੋਟ ਪਾਉਣ। ਮੈਂ ਬੇਨਤੀ ਕਰਦਾ ਸਾਰੇ ਪੰਜਾਬ ਦੇ ਲੋਕਾਂ ਨੂੰ ਵੀ ਵੋਟ ਪਾਉਣ ਜ਼ਰੂਰ ਆਓ ਜੀ, ਗਰਮੀ ਨਾ ਵੇਖੋ, ਗਰਮੀ ਸਰਦੀਆਂ ਤਾਂ ਆਉਂਦੀਆਂ ਰਹਿੰਦੀਆਂ, ਜੇ ਸਰਦੀ ਹੋਵੇ ਫਿਰ ਕਿਹੜਾ ਵੋਟ ਪਾਉਣ ਨਿਕਲ। ਕੀ ਕਹੋਗੇ ਫਸਟ ਵੋਟ ਸੀ ਕੋਸਟ ਕੀਤੀ ਹੈਗੀ, ਗਰਮੀ ਵੀ ਕਾਫੀ ਜ਼ਿਆਦਾ ਹੈਗੀ? ਫਸਟ ਵੋਟ ਇਸ ਕੋਲ ਕੀਤੀ ਹੈ ਵੀ ਠੰਡੇ ਠੰਡੇ ਆਪਦੀ ਵੋਟ ਪਾਈ ਹੈ, ਪਹਿਲੀ ਵੋਟ ਪਾਈ ਹੈ, ਔਰ ਜਿਹੜਾ 7 ਸਾਲਾਂ ਤੋਂ ਵਿਕਾਸ ਰੁਕਿਆ ਪੰਜਾਬ ਦਾ, ਉਸ ਨੂੰ ਅੱਗੇ ਵਧਾਉਣ ਵਾਸਤੇ, ਉਸ ਨੂੰ ਅੱਗੇ ਲਿਜਾਣ ਵਾਸਤੇ ਪਹਿਲਾ ਫਸਟ ਵੋਟਰ ਮੈਂ ਬਣਿਆ ਇਸ ਬੂਥ ਦਾ। ਮੈਂ ਇਹ ਚਾਹੁੰਦਾ ਵੀ ਆਮ ਜਿਹੜੇ ਲੋਕ ਸਾਰੇ ਆ ਵੋਟਰਾਂ 'ਚ ਨੇ, ਉਹ ਨਿਕਲ, ਗਰਮੀ ਸਰਦੀ 'ਚ ਆਪਾਂ ਕੰਮ ਵੀ ਕਰਦੇ ਹਾਂ ਨਾ, ਜਦੋਂ ਕੰਮ ਕਰਦੇ ਉਦੋਂ ਵੀ ਤਾਂ ਗਰਮੀ ਹੁੰਦੀ ਹੈ ਨਾ, ਗਰਮੀ ਸਰਦੀ ਵਿੱਚ ਇੱਕ ਜ਼ਿੰਦਗੀ ਦਾ ਉਹ ਮਤਲਬ ਇੱਕ ਨਿੱਜੀ ਹਿੱਸਾ ਵੀ ਵੋਟ ਪਾ ਜੀ। ਗਰਮੀ ਕਿੰਨੀ ਭਾਰੀ ਪਊਗੀ ਇਸ ਵਾਰ ਦੀ ਵੋਟ ਪੋਲਿੰਗ ਦੇ ਉੱਪਰ, ਕਹਿ ਰਹੇ ਕਿ ਪੋਲਿੰਗ ਬੜੀ ਘੱਟ ਹੋਊਗੀ, ਅਪੀਲ ਕੀ ਕਰ ਰਹੇ ਹੋ? ਨਹੀਂ ਜੀ, ਮੈਂ ਅਪੀਲ ਕਰਦਾ ਵੋਟ ਪਾਉਣ ਨਿਕਲੋ ਜੀ, ਆਪਦਾ ਜਿਹੜਾ ਹੱਕ ਆ ਤੁਹਾਡਾ ਉਹਦਾ ਇਸਤੇਮਾਲ ਜ਼ਰੂਰ ਕਰੋ, ਵੋਟ ਪਾਓ, ਵੋਟ ਪਾਓ, ਆਪਦਾ ਜਿਹੜਾ ਹੱਕ, ਜਮਹੂਰੀ ਹੱਕ ਆ, ਸਰਕਾਰ ਚੁਣਨ ਦਾ ਹੱਕ ਆ, ਕੈਂਡੀਡੇਟ ਚੁਣਨ ਦਾ ਹੱਕ ਆ ਸਾਨੂੰ, ਜਿਹੜੇ ਕੋਈ ਵਿਕਾਸ ਰੁਕੇ ਉਹ ਅੱਗੇ ਲਿਆਉਣ ਦਾ ਹੱਕ ਆ ਤੁਹਾਨੂੰ, ਜ਼ਰੂਰ ਆਓ ਵੋਟ ਪਾਉਣ। ਮੈਂ ਬੇਨਤੀ ਕਰਦਾ ਸਾਰੇ ਪੰਜਾਬ ਦੇ ਲੋਕਾਂ ਨੂੰ ਵੀ ਵੋਟ ਪਾਉਣ ਜ਼ਰੂਰ ਆਓ ਜੀ, ਗਰਮੀ ਨਾ ਵੇਖੋ, ਗਰਮੀ ਸਰਦੀਆਂ ਤਾਂ ਆਉਂਦੀਆਂ ਰਹਿੰਦੀਆਂ, ਜੇ ਸਰਦੀ ਹੋਵੇ ਫਿਰ ਕਿਹੜਾ ਵੋਟ ਪਾਉਣ ਨਿਕਲ। ਕੀ ਕਹੋਗੇ ਫਸਟ ਵੋਟ ਸੀ ਕੋਸਟ ਕੀਤੀ ਹੈਗੀ, ਗਰਮੀ ਵੀ ਕਾਫੀ ਜ਼ਿਆਦਾ ਹੈਗੀ? ਫਸਟ ਵੋਟ ਇਸ ਕੋਲ ਕੀਤੀ ਹੈ ਵੀ ਠੰਡੇ ਠੰਡੇ ਆਪਦੀ ਵੋਟ ਪਾਈ ਹੈ, ਪਹਿਲੀ ਵੋਟ ਪਾਈ ਹੈ, ਔਰ ਜਿਹੜਾ 7 ਸਾਲਾਂ ਤੋਂ ਵਿਕਾਸ ਰੁਕਿਆ ਪੰਜਾਬ ਦਾ, ਉਸ ਨੂੰ ਅੱਗੇ ਵਧਾਉਣ ਵਾਸਤੇ, ਉਸ ਨੂੰ ਅੱਗੇ ਲਿਜਾਣ ਵਾਸਤੇ ਪਹਿਲਾ ਫਸਟ ਵੋਟਰ ਮੈਂ ਬਣਿਆ ਇਸ ਬੂਥ ਦਾ। ਮੈਂ ਇਹ ਚਾਹੁੰਦਾ ਵੀ ਆਮ ਜਿਹੜੇ ਲੋਕ ਸਾਰੇ ਆ ਵੋਟਰਾਂ 'ਚ ਨੇ, ਉਹ ਨਿਕਲ, ਗਰਮੀ ਸਰਦੀ 'ਚ ਆਪਾਂ ਕੰਮ ਵੀ ਕਰਦੇ ਹਾਂ ਨਾ, ਜਦੋਂ ਕੰਮ ਕਰਦੇ ਉਦੋਂ ਵੀ ਤਾਂ ਗਰਮੀ ਹੁੰਦੀ ਹੈ ਨਾ, ਗਰਮੀ ਸਰਦੀ ਵਿੱਚ ਇੱਕ ਜ਼ਿੰਦਗੀ ਦਾ ਉਹ ਮਤਲਬ ਇੱਕ ਨਿੱਜੀ ਹਿੱਸਾ ਵੀ ਵੋਟ ਪਾ ਜੀ। ਗਰਮੀ ਕਿੰਨੀ ਭਾਰੀ ਪਊਗੀ ਇਸ ਵਾਰ ਦੀ ਵੋਟ ਪੋਲਿੰਗ ਦੇ ਉੱਪਰ, ਕਹਿ ਰਹੇ ਕਿ ਪੋਲਿੰਗ ਬੜੀ ਘੱਟ ਹੋਊਗੀ, ਅਪੀਲ ਕੀ ਕਰ ਰਹੇ ਹੋ? ਨਹੀਂ ਜੀ, ਮੈਂ ਅਪੀਲ ਕਰਦਾ ਵੋਟ ਪਾਉਣ ਨਿਕਲੋ ਜੀ, ਆਪਦਾ ਜਿਹੜਾ ਹੱਕ ਆ ਤੁਹਾਡਾ ਉਹਦਾ ਇਸਤੇਮਾਲ ਜ਼ਰੂਰ ਕਰੋ, ਵੋਟ ਪਾਓ, ਵੋਟ ਪਾਓ, ਆਪਦਾ ਜਿਹੜਾ ਹੱਕ, ਜਮਹੂਰੀ ਹੱਕ ਆ, ਸਰਕਾਰ ਚੁਣਨ ਦਾ ਹੱਕ ਆ, ਕੈਂਡੀਡੇਟ ਚੁਣਨ ਦਾ ਹੱਕ ਆ ਸਾਨੂੰ, ਜਿਹੜੇ ਕੋਈ ਵਿਕਾਸ ਰੁਕੇ ਉਹ ਅੱਗੇ ਲਿਆਉਣ ਦਾ ਹੱਕ ਆ ਤੁਹਾਨੂੰ, ਜ਼ਰੂਰ ਆਓ ਵੋਟ ਪਾਉਣ। ਮੈਂ ਬੇਨਤੀ ਕਰਦਾ ਸਾਰੇ ਪੰਜਾਬ ਦੇ ਲੋਕਾਂ ਨੂੰ ਵੀ ਵੋਟ ਪਾਉਣ ਜ਼ਰੂਰ ਆਓ ਜੀ, ਗਰਮੀ ਨਾ ਵੇਖੋ, ਗਰਮੀ ਸਰਦੀਆਂ ਤਾਂ ਆਉਂਦੀਆਂ ਰਹਿੰਦੀਆਂ, ਜੇ ਸਰਦੀ ਹੋਵੇ ਫਿਰ ਕਿਹੜਾ ਵੋਟ ਪਾਉਣ ਨਿਕਲ।